कोविड महामारी तो निजात दवाने लिए जिथे सरकारों के वालों उपराले किए जा रहे हैं उत्थे श्रोमणी कमेटी भी इस महामारी के खात्मे के लिए हुण अगे आ रही है। इस दे चलदे पिछले महीने कोविड वैक्सीन का कैंप श्री हरिमंदर साहब के कंपलैक्स में लगा के संगतों को कोरोना वैक्सीन की पहली डोज लगाई गई थी, जिसके चलते हुण दूसरी डोज के कैंप का आयोजन अज श्री हरिमंदर साहब के इनफॉर्मेशन दफ्तर बाहर किया जा रहा है। जिस संबंधी जानकारी देंदे श्रोमणी कमेटी सकत्र महेंद्र सिंह आली ने दसिया कि बीते एक महीने पहला भी संगतों की सहूलत लिए श्रोमणी कमेटी के वालों कोविड वैक्सीन की पहली डोज का कैंप लगाया गया सी अते हुण कोविड की दूसरी डोज लई श्री हरिमंदर साहब के इनफॉर्मेशन विभाग के दफ्तर के बाहर कैंप लगाया जा रहा है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕੋਰੋਨਾ ਮਹਾਂਮਾਰੀ ਦਾ ਕਹਿਰ ਵਰਲਡ ਲੈਵਲ 'ਤੇ ਫੈਲਿਆ ਹੋਇਆ ਉਹਦੇ ਸੰਬੰਧ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਕੋਰੋਨਾ ਵੈਕਸੀਨ ਦਾ ਇੰਜੈਕਸ਼ਨ ਜਿਹੜਾ ਪਿਛਲੇ ਮਹੀਨੇ ਸ਼ੁਰੂ ਕੀਤਾ ਸੀਗਾ ਉਹਦੀ ਜਿਹੜੀ ਸੈਕਿੰਡ ਡੋਜ ਆ ਉਹ ਦੁਬਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਬਾਹਰ ਸੂਚਨਾ ਕੇਂਦਰ ਦਾ ਦਫ਼ਤਰ ਆ ਉਹਦੇ ਲਾਗੇ ਸ਼ੁਰੂ ਕਰਨ ਜਾ ਰਹੇ ਹਾਂ। ਮਾਨਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਉਹਦਾ ਉਦਘਾਟਨ ਕਰਨਗੇ। ਸੰਗਤਾਂ ਦੀ ਸਹੂਲਤ ਵਾਸਤੇ ਸੰਗਤਾਂ ਦੇ ਜਲ ਪਾਣੀ ਦੀ ਜਿਹੜੀ ਪੂਰਾ ਪ੍ਰਬੰਧ ਉੱਥੇ ਕੀਤਾ ਗਿਆ, ਉਹਨਾਂ ਦੇ ਬੈਠਣ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਸਾਡੀ ਸੰਗਤਾਂ ਨੂੰ ਅਪੀਲ ਆ ਕਿ ਇਹ ਜੋ ਫ੍ਰੀ ਵੈਕਸੀਨ ਦਾ ਜੋ ਇੰਜੈਕਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਉਪਲਬਧ ਕਰਵਾਇਆ ਜਾ ਰਿਹਾ ਉਹਦੀ ਵੱਧ ਤੋਂ ਵੱਧ ਜਿਹੜੀ ਉਹ ਸੁੱਖ ਸਹੂਲਤ ਪ੍ਰਾਪਤ ਕਰਨ ਅਤੇ ਕੋਰੋਨਾ ਮਹਾਂਮਾਰੀ ਤੋਂ ਨਜਾਤ ਪਾਈ ਜਾਵੇ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਕੁਮਾਰ ਦੀ ਰਿਪੋਰਟ। ਕੋਵਿਡ ਮਹਾਂਮਾਰੀ ਤੋਂ ਨਜਾਤ ਦਿਵਾਉਣ ਲਈ ਜਿੱਥੇ ਸਰਕਾਰਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਸ਼੍ਰੋਮਣੀ ਕਮੇਟੀ ਵੀ ਇਸ ਮਹਾਂਮਾਰੀ ਦੇ ਖਾਤਮੇ ਦੇ ਲਈ ਹੁਣ ਅੱਗੇ ਆ ਰਹੀ ਹੈ। ਇਸ ਦੇ ਚੱਲਦੇ ਪਿਛਲੇ ਮਹੀਨੇ ਕੋਵਿਡ ਵੈਕਸੀਨ ਦਾ ਕੈਂਪ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਲਗਾ ਕੇ ਸੰਗਤਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ ਸੀ, ਜਿਸ ਦੇ ਚੱਲਦੇ ਹੁਣ ਦੂਸਰੀ ਡੋਜ਼ ਦੇ ਕੈਂਪ ਦਾ ਆਯੋਜਨ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੇ ਇਨਫੋਰਮੇਸ਼ਨ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ। ਜਿਸ ਸੰਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਲੀ ਨੇ ਦੱਸਿਆ ਕਿ ਬੀਤੇ ਇੱਕ ਮਹੀਨੇ ਪਹਿਲਾਂ ਵੀ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਾ ਕੈਂਪ ਲਗਾਇਆ ਗਿਆ ਸੀ ਅਤੇ ਹੁਣ ਕੋਵਿਡ ਦੀ ਦੂਸਰੀ ਡੋਜ਼ ਲਈ ਸ਼੍ਰੀ ਹਰਿਮੰਦਰ ਸਾਹਿਬ ਦੇ ਇਨਫੋਰਮੇਸ਼ਨ ਵਿਭਾਗ ਦੇ ਦਫ਼ਤਰ ਦੇ ਬਾਹਰ ਕੈਂਪ ਲਗਾਇਆ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਕੋਰੋਨਾ ਮਹਾਂਮਾਰੀ ਦਾ ਕਹਿਰ ਵਰਲਡ ਲੈਵਲ 'ਤੇ ਫੈਲਿਆ ਹੋਇਆ ਉਹਦੇ ਸੰਬੰਧ ਵਿੱਚ ਸੰਗਤਾਂ ਦੀ ਸਹੂਲਤ ਵਾਸਤੇ ਕੋਰੋਨਾ ਵੈਕਸੀਨ ਦਾ ਇੰਜੈਕਸ਼ਨ ਜਿਹੜਾ ਪਿਛਲੇ ਮਹੀਨੇ ਸ਼ੁਰੂ ਕੀਤਾ ਸੀਗਾ ਉਹਦੀ ਜਿਹੜੀ ਸੈਕਿੰਡ ਡੋਜ਼ ਆ ਉਹ ਦੁਬਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਬਾਹਰ ਸੂਚਨਾ ਕੇਂਦਰ ਦਾ ਦਫ਼ਤਰ ਆ ਉਹਦੇ ਲਾਗੇ ਸ਼ੁਰੂ ਕਰਨ ਜਾ ਰਹੇ ਹਾਂ। ਮਾਨਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਉਹਦਾ ਉਦਘਾਟਨ ਕਰਨਗੇ। ਸੰਗਤਾਂ ਦੀ ਸਹੂਲਤ ਵਾਸਤੇ ਸੰਗਤਾਂ ਦੇ ਜਲ ਪਾਣੀ ਦੀ ਜਿਹੜੀ ਪੂਰਾ ਪ੍ਰਬੰਧ ਉੱਥੇ ਕੀਤਾ ਗਿਆ, ਉਹਨਾਂ ਦੇ ਬੈਠਣ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਪ੍ਰਬੰਧ ਕੀਤਾ ਗਿਆ। ਸਾਡੀ ਸੰਗਤਾਂ ਨੂੰ ਅਪੀਲ ਆ ਕਿ ਇਹ ਜੋ ਫ੍ਰੀ ਵੈਕਸੀਨ ਦਾ ਜੋ ਇੰਜੈਕਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਉਪਲਬਧ ਕਰਵਾਇਆ ਜਾ ਰਿਹਾ ਉਹਦੀ ਵੱਧ ਤੋਂ ਵੱਧ ਜਿਹੜੀ ਉਹ ਸੁੱਖ ਸਹੂਲਤ ਪ੍ਰਾਪਤ ਕਰਨ ਅਤੇ ਕੋਰੋਨਾ ਮਹਾਂਮਾਰੀ ਤੋਂ ਨਜਾਤ ਪਾਈ ਜਾਵੇ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਕੁਮਾਰ ਦੀ ਰਿਪੋਰਟ।